ਤੇ ਵਕਫੇ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਲੈ ਕੇ ਪੰਜਾਬ ਦੇ ਭਵਿੱਖ ਨੂੰ ਵਿਚਾਰ ਵਟਾਂਦਰਾ ਹੋ ਰਿਹਾ ਆਮ ਆਦਮੀ ਪਾਰਟੀ ਦੇ ਉੱਤੇ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਸੁਖਪਾਲ ਖਹਿਰਾ ਬਠਿੰਡਾ ਕਨਵੈਨਸ਼ਨ 1 ਅਗਸਤ ਨੂੰ ਜਿਹੜੀ ਹੋਈ ਸੀਗੀ ਇਹ ਇਸੇ ਨੂੰ ਐਨਾਲਿਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਭਵਿੱਖ ਹੋਏਗਾ ਪੰਜਾਬ ਦਾ ਅਤੇ ਪੰਜਾਬੀਅਤ ਦਾ ਅਤੇ ਪੰਜਾਬੀ ਭਾਈਚਾਰੇ ਦਾ ਇੱਕ ਕਾਲਰ ਸਾਡੇ ਨਾਲ ਮੌਜੂਦ ਸੀਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਉਹਨਾਂ ਦੇ ਵਿਚਾਰ ਅਸੀਂ ਸੁਣ ਰਹੇ ਸੀਗੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਛ ਕਹਿਣਾ ਚਾਹ ਰਹੇ ਸੀਗੇ ਸਾਨੂੰ ਜੀ ਤੁਸੀਂ ਔਨ ਏਅਰ ਹੋ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ ਮੈਂ ਇਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਵੀ ਇਹੋ ਜਿਹੇ ਇਨਸਾਨਾਂ ਦੇ ਨਾਲ ਕੋਈ ਪ੍ਰੋਬਲਮ ਹੁੰਦੀ ਆ ਤੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਆ ਜਿੱਥੇ ਪਬਲਿਕ ਇਕੱਠੀ ਹੋ ਜਾਵੇ ਉੱਥੇ ਗਵਰਨਮੈਂਟ ਵੀ ਕੁਛ ਨਹੀਂ ਕਰ ਸਕਦੀ ਤੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਪੰਜਾਬ ਦੀ ਧਰਤੀ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਵਰਗੇ ਇਨਸਾਨ ਮੁੱਖ ਮੰਤਰੀ ਦੇ ਰੂਪ ਵਿੱਚ ਖੜੇ ਹੁੰਦੇ ਆ ਤਾਂ ਪੰਜਾਬ ਦੀ ਧਰਤੀ ਸੁੰਭਰ ਸਕਦੀ ਆ ਔਰ ਦੁਨੀਆ ਦੇ ਵਿੱਚ ਮੈਂ ਕਹਿੰਦੀ ਪੰਜਾਬ ਸਭ ਤੋਂ ਅਮੀਰ ਤੇ ਚੰਗੀ ਸਟੇਟ ਦੇਖ ਸਕਦੀ ਆ ਲੋਕਾਂ ਨੂੰ ਹਾਂਜੀ ਪਰ ਲੋਕਾਂ ਨੂੰ ਪਬਲਿਕ ਨੂੰ ਸਿਰਫ ਸੱਚ ਦਾ ਹੁਣ ਵਿੱਚ ਲੋਕ ਕਹਿੰਦੇ ਸੀ ਜੀ ਦਿੱਲੀ ਨੂੰ ਜਿਹੜੇ ਲੋਕ ਚਲੇ ਗਏ ਆ ਇਹਨਾਂ ਦੇ ਵਲੰਟੀਅਰ ਕੀ ਉਹਨਾਂ ਨੂੰ ਕੁਰਸੀ ਦੀ ਭੁੱਖ ਨਹੀਂ ਸੀ ਉਹ ਕੁਰਸੀ ਦੀ ਭੁੱਖ ਨੂੰ ਗਏ ਆ ਕਹਿੰਦੇ ਕਿ ਸੁਖਪਾਲ ਖਹਿਰਾ ਸਾਹਿਬ ਨੂੰ ਕੁਰਸੀ ਦੀ ਭੁੱਖ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਅਣਖੀ ਇਨਸਾਨ ਆ ਉਹਨਾਂ ਨੂੰ ਕੁਰਸੀ ਦੀ ਕੋਈ ਭੁੱਖ ਨਹੀਂ ਉਹ ਸਿਰਫ ਪੰਜਾਬ ਤੇ ਪੰਜਾਬੀਅਤ ਲਈ ਲੜਦੇ ਆ ਪਰ ਪਤਾ ਨੀ ਲੋਕਾਂ ਨੂੰ ਕਿਉਂ ਨੀ ਪਤਾ ਲੱਗਦਾ ਲੋਕਾਂ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਦਾ ਸਾਥ ਦੇਣਾ ਚਾਹੀਦਾ ਆ ਤਾਂ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਪੁੱਤ ਨਸ਼ਿਆਂ ਦੇ ਨਾਲ ਨਾ ਮਰਨ ਤੇ ਪੰਜਾਬ ਦੀ ਧਰਤੀ ਤੇ ਕੁਛ ਹੋ ਸਕੇ ਜੀ 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 ਬਿਲਕੁਲ ਬਿਲਕੁਲ ਵਿੱਚ ਮੈਂ ਇਹ ਕਹੂੰਗੀ ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਾ ਹੁੰਗਾਰਾ ਦੇਖ ਪਾ ਰਹੇ ਤੁਸੀਂ ਮਿਲ ਰਹੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਲੰਡਨ ਤੋਂ ਬੋਲ ਰਿਹਾ ਮਿਸਟਰ ਬਰਾੜ ਮੇਰਾ ਨਾਮ ਜੀ ਮਿਸਟਰ ਬਰਾੜ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਵੱਡੀ ਗੱਲ ਜੀ ਮੈਂ ਮੇਰੀ ਸੁਜੈਸ਼ਨ ਹੈ ਪਹਿਲੀ ਗੱਲ ਤਾਂ ਵੀ ਨੋ ਦੈਟ ਕੋਈ ਇੰਡੀਆ ਦੇ ਵਿੱਚ ਪਾਰਟੀ ਡੈਮੋਕ੍ਰੈਟਿਕ ਨਹੀਂ ਜੀ ਮੈਂ ਅੱਗੇ ਵੀ ਇੱਕ ਦਫਾ ਗੱਲ ਕੀਤੀ ਹੈ ਦੇ ਆਰ ਆਲ ਕੰਟਰੋਲਡ ਬਾਈ ਵਨ ਪਰਸਨ ਜੀ ਲੈਟ ਇਟ ਬੀ ਕਾਂਗਰਸ ਲੈਟ ਇਟ ਬੀ ਬਾਦਲ ਸਾਹਿਬ ਹੇਅਰ ਕਮਸ ਆਵਰ ਕੇਜਰੀਵਾਲ ਵਟ ਦੇ ਸ਼ੁੱਡ ਡੂ ਦੇ ਸ਼ੁੱਡ ਸਿਲੈਕਟ ਦ ਲੀਡਰਸ from grassroots, from competition, election from the wards, then go upwards. And now as they are in a crisis, I don't suggest that our party should break up. What they should do, they should have a meeting, sorry, convention meeting, and have a secret ballot, rather than shouting at everybody. Then if Khaira Saab says yes, whoever is a winner, he should salute them. If he doesn't agree with them, he should form another party. I think it's better to keep the party united. Let's turn the charter, what we call it, a charter of the, what you call constituents. Correct, correct. I think they have to think on their damage control, I think. So let's discuss how they can get out of from this damage control. ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਰਾੜ ਸਾਹਿਬ ਆਪਣੀ ਗੱਲ ਸਾਡੇ ਨਾਲ ਰੱਖੀ ਤੇ ਮਿਸਟਰ ਸ਼ਰਮਾ ਕੀ ਲੱਗਦਾ ਕਿ ਹਾਊ ਦੇ ਕੈਨ ਕਮ ਆਊਟ ਫਰੋਮ ਦਿਸ ਯੂ ਨੋ ਡੈਮੇਜ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਨੇ ਤੁਸੀਂ ਦੇਖੋ ਜਿਸ ਤਰ੍ਹਾਂ ਵਿਊਰਸ ਨੇ ਖਹਿਰਾ ਨੂੰ ਸਪੋਰਟ ਕਰਦੇ ਨੇ ਖਹਿਰਾ ਦਾ ਜੋ ਐਟੀਟਿਊਡ ਹੈ ਖਹਿਰਾ ਦੀ ਜੋ ਅਣਖ ਹੈ ਪੀਪਲ ਮਾਈਟ ਬੀ ਲਾਈਕਿੰਗ ਦੈਟ ਕਾਈਂਡ ਆਫ ਐਟੀਟਿਊਡ ਬਟ ਇਹਦੇ ਨਾਲ ਕੀ ਹੋਇਆ ਖਹਿਰਾ ਇੱਕ ਗੱਲ ਤਾਂ ਤੁਸੀਂ ਮੰਨ ਕੇ ਚੱਲੋ ਜੋ ਖਹਿਰਾ ਨੇ ਜੋ ਬਠਿੰਡਾ ਦੀ ਕਨਵੈਨਸ਼ਨ ਕਰਕੇ ਅਲੱਗ ਫੈਕਸ਼ਨ ਬਣਾ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਨੂੰ ਬੜਾ ਤਗੜਾ ਡੈਂਟ ਲਗਾ ਦਿੱਤਾ ਉਹਦਾ ਹੁਣ ਫਿਕਰ ਇਹ ਪੈ ਗਈ ਹੈ ਪੰਜਾਬ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੂੰ ਨਾਉ ਦੇਰ ਇਜ਼ ਸਟਾਰਟਿੰਗ ਦੀ ਡੈਮੇਜ ਕੰਟਰੋਲ ਐਕਸਰਸਾਈਜ਼ ਡੈਮੇਜ ਕੰਟਰੋਲ ਐਕਸਰਸਾਈਜ਼ ਉਹਨਾਂ ਨੇ ਸ਼ੁਰੂ ਕੀਤੀ ਹੈ ਦੀ ਪੰਜਾਬ ਯੂਨਿਟ ਲੀਡਰਸ ਇਹਨਾਂ ਨੇ SOS ਕਰਕੇ ਇੱਕ ਭੇਜਿਆ ਅਰਵਿੰਦ ਕੇਜਰੀਵਾਲ ਨੂੰ ਕਿ ਮਹਾਰਾਜ ਪੰਜਾਬ ਆਓ ਆ ਕੇ ਇੱਕ ਰੈਲੀ ਕਰੋ ਦੇ ਆਰ ਟ੍ਰੇਲਿੰਗ ਹਿਮ ਟੂ ਆਈ ਸ਼ਾਇਦ ਇਹ ਵੀ ਖਬਰ ਆ ਰਹੀ ਹੈ ਕਿ ਅਕਤੂਬਰ ਦੇ ਵਿੱਚ ਕੇਜਰੀਵਾਲ ਇੱਕ ਰੈਲੀ ਕਰ ਸਕਦੇ ਆ ਮਨੀਸ਼ ਸਿਸੋਦੀਆ 13 ਅਗਸਤ ਨੂੰ ਜਲੰਧਰ ਜਾ ਰਹੇ ਹੈ ਭਗਵੰਤ ਮਾਨ ਨੂੰ ਨਾਲ ਲੈ ਕੇ ਟੂ ਮੀਟ ਦੀ ਆਲ ਦੀ ਪਾਰਟੀ ਵਰਕਰਸ ਹੁਣ ਇਹਨਾਂ ਨੂੰ ਲੋੜ ਪੈ ਰਹੀ ਹੈ ਕਿ ਪਾਰਟੀ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਜਾਏ ਬਿਕੋਜ਼ ਦੇ ਨੋ ਸਾਡਾ ਬਹੁਤ ਨੁਕਸਾਨ ਹੋ ਗਿਆ ਬਿਕੋਜ਼ ਨੁਕਸਾਨ ਇਹਨਾਂ ਦਾ ਉਹੀ ਹੋਇਆ ਆਪਸੀ ਝਗੜੇ ਇਹ ਕਰਕੇ ਬਟ ਇਹ ਜਿਹੜਾ ਹੁਣ ਲੇਟੈਸਟ ਚੀਜ਼ਾਂ ਹੋਈਆਂ ਅੱਜ ਇੱਕ ਹੋਰ MLA ਨੇ ਜੁਆਇਨ ਕਰ ਲਿਆ ਆਮ ਆਦਮੀ ਪਾਰਟੀ ਇਜ਼ ਰੀਲੀ ਸਫਰਿੰਗ ਐਂਡ ਆਮ ਆਦਮੀ ਪਾਰਟੀ ਜਿਹੜੇ ਆਪਣੇ ਏਜੰਡੇ ਨੂੰ ਲੈ ਕੇ ਜਿਹੜੇ ਆਪਣੇ ਪੋਲੀਟੀਕਲ ਮੁੱਦੇ ਨੂੰ ਲੈ ਕੇ ਆਈ ਸੀ ਉੱਥੋਂ ਪੂਰੀ ਤਰ੍ਹਾਂ ਡਿਵੇਟ ਹੋ ਚੁੱਕੀ ਹੈ ਇਟਸ ਨਾਓ ਬਿਯੋਂਡ ਕੰਟਰੋਲ ਦੇ ਡੋਂਟ ਹੈਵ ਅ ਰੋਡ ਮੈਪ ਵੇਅਰ ਦੇ ਗੋਇੰਗ ਰਾਈਟ ਨਾਓ ਮੇਰੇ ਨਾਲ ਹੋਰ ਵੀ ਵਿਊਰ ਜੁੜ ਰਹੇ ਨੇ ਉਹਨਾਂ ਦੇ ਵੀ ਕਾਲਸ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਮੈਂ ਵੀਰ ਜੀ ਮੈਂ ਲੈਸਟਰ ਤੋਂ UK ਤੋਂ ਬੋਲਣਾ ਮੇਰਾ ਨਾਮ ਰਾਜਵੰਤ ਸਿੰਘ ਹੈ ਮੈਂ ਧਰਮੀ ਫੌਜੀ ਹਾਂ ਜੀ 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 ਰਾਜਵੰਤ ਸਿੰਘ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਥੈਂਕਸ ਤੁਸੀਂ ਸਾਨੂੰ ਕਾਲ ਕੀਤਾ ਮੈਂ ਨਾ ਸੁਖਪਾਲ ਸਿੰਘ ਖਹਿਰੇ ਦੇ ਨਾਲ ਇਸ ਤਰ੍ਹਾਂ ਵਾਂ ਜਿਸ ਤਰ੍ਹਾਂ ਆਪਣੇ ਫੱਕੇ ਭਰਾਵਾਂ ਵਾਂਗੂ
जी मैं उसे हल्के नूं बिलोंग करना, मेरे वड्डे भरा जिहड़े ने ओह सियासी सकत्तर ने हल्के प्लस दे। जी जी मैं जिहड़ी बेनती करना कि मैं दो दिन वीडियो पाई भी सी कि जे मान लो साडे चाचे का घर जिहड़ा ना बहुत सोहना हुंदा ते असीं ये विखाई जाइए कि साडे चाचे का घर बहुत सोहना है जी, चाचे का घर सोहना, उहदे नाल सानूं कोई भा नहीं। जी जी जे मान लिया समय सारे एक दिन सहमत हो जाता कि केजरीवाल लई दिल्ली च बड़ा बड़ा वधिया काम करते हो जी, पर उहदे विच भी पंजाब दा सिस्टम जिहड़ा जे उह पंजाब दे सिस्टम नूं वधिया नहीं हुंदा, पंजाब दे हक्कां दी गल नहीं हुंदी तां उहदे नाल दिल्ली साडे वल्लों सोना बन जावे, जे पंजाब भी कूड़ा रहा तां दिल्ली सानूं सोना बड़ी की मिलेगी फिर सानूं। जी 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 दूसरी गल इह, दूसरी गल मैं जिहड़ी गल इह करना वा कि जिहड़ी ਪੰਜਾਬ ਦੇ ਹੱਕਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਿ ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਬੋਲਦੇ ਸਨ, ਅੱਜ ਵੀ ਉਹਨਾਂ ਨੂੰ ਪਲੇਟਫਾਰਮ ਇੱਕ ਮਿਲਿਆ ਵਿਰੋਧੀ ਧਿਰ ਦੀ ਪਾਰਟੀ ਦੇ ਵਿੱਚ ਲੀਡਰ ਦਾ, ਤੇ ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਦੂਰ ਦੂਰ ਤੱਕ ਜਾਣ ਲੱਗ ਪਈ, ਤੇ ਇਹਨਾਂ ਨੂੰ ਪਾਇਆ ਨਹੀਂ ਗਾ ਜੀ ਜੀ, ਕਿਉਂਕਿ ਇਹਨਾਂ ਦਾ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਕੇਜਰੀਵਾਲ ਤਾਂ ਤੇ ਦੂਜੇ ਇਹਨਾਂ ਦਾ ਸਮਝੌਤਾ ਹੋ ਚੁੱਕਾ, ਕੇਜਰੀਵਾਲ ਹੋਰਾਂ ਨੇ ਪੰਜਾਬ ਨੂੰ ਰੱਖਿਆ ਜਿੱਦਾਂ ਆਪਾਂ ਸਾਈਡ ਬਿਜ਼ਨਸ ਹੈ ਸਾਈਡ ਬਿਜ਼ਨਸ ਦੇ ਤੌਰ ਤੇ ਰੱਖਿਆ ਕਿ ਹਾਂ ਪੰਜਾਬ ਨੂੰ ਦੇ ਕੇ ਵੀ ਉਹਨਾਂ ਨੂੰ ਦਿੱਲੀ ਮਿਲਦੀ ਹੋਵੇ ਤੇ ਕੋਈ ਉਹਨਾਂ ਨੂੰ ਘਾਟੇ ਦਾ ਸੌਦਾ ਨਹੀਂ ਗਾ, ਠੀਕ ਹੈ ਜੀ, ਉਹਨਾਂ ਨੂੰ ਕੋਈ ਘਾਟੇ ਦਾ ਸੌਦਾ ਨਹੀਂ ਗਾ, ਉਹਨਾਂ ਨੂੰ ਪੰਜਾਬ ਦੇ ਕੇ ਦਿੱਲੀ ਵਿੱਚ ਪੰਜਾਬ 'ਚ ਉਹਨਾਂ ਦੀ ਨਾਮ ਹੀ ਆਵੇ। ਕਾਂਗਰਸ ਨੇ ਵੀ ਇੱਕੋ ਹੀ ਡਿਮਾਂਡ ਸੀ ਕਿ ਤੁਸੀਂ ਸੁਖਪਾਲ ਖਹਿਰਾ ਚੇਂਜ ਕਰੋ, ਕਿਉਂਕਿ ਉਹ ਮੁੱਦੇ ਉਠਾਉਂਦਾ ਜਦੋਂ ਵਿਧਾਨ ਸਭਾ ਦੇ ਵਿੱਚ, ਤੇ ਵਿਧਾਨ ਸਭਾ ਦੇ ਵਿੱਚ ਹੁੰਦਾ ਸਾਡੀ ਬੇਇੱਜ਼ਤੀ ਹੁੰਦੀ ਹੈ ਤੁਹਾਡੇ ਸਾਹਮਣੇ ਹੀ ਆ, ਕਦੀ ਰਾਣਾ ਆ ਗਿਆ ਜਾਂ ਖੱਡਾਂ ਦੇ ਹੋਰ ਮਸਲੇ ਨੇ ਉਹਦੇ ਵਿੱਚ ਜਾ ਕੇ ਰਾਣੇ ਨੂੰ, ਤੇ ਮੈਂ ਇੱਕ ਗੱਲ ਸੋਚਣ ਵਾਲੀ ਆ, ਤੁਸੀਂ ਆਪ ਵੀ ਸੋਚਿਓ, ਦੋ ਮੁੱਖ ਮੰਤਰੀਆਂ ਦੀਆਂ ਪ੍ਰਕਾਸ਼ ਸਿੰਘ ਬਾਦਲ ਕੇ ਉਹਨਾਂ ਨੇ ਜੰਗੀਰ ਕੌਰ ਦੀ ਇੰਨੀ ਸਪੋਰਟ ਕੀਤੀ, ਉਹਨੂੰ ਵੀ ਸ਼੍ਰੋਮਣੀ ਕਮੇਟੀ ਛੱਡਣੀ ਪਈ ਔਰ ਉਹਨੂੰ ਸਜ਼ਾ ਕਰਾਈ। ਦੂਜੇ ਨੰਬਰ ਤੇ ਉਹਨਾਂ ਦੀਆਂ ਗੋਡਰੀਆਂ ਲਵਾਈਆਂ, ਦੂਜੇ ਨੰਬਰ ਤੇ ਕੈਪਟਨ ਨੇ ਐਂਡ ਤੱਕ ਜਾ ਕੇ ਰਾਣੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਅਖੀਰ ਨੂੰ ਰਾਣੇ ਨੂੰ ਅਸਤੀਫਾ ਦੇਣਾ ਪੈ ਗਿਆ। ਦੋ ਮੁੱਖ ਮੰਤਰੀਆਂ ਨੂੰ ਉਸ ਬੰਦੇ ਨੇ ਢਾਇਆ, ਇਹ ਵੀ ਲੋਕਲ ਜਿਹੜੀ ਜਾਇਜ਼ ਮੰਗਾਂ ਸਨ, ਕੋਈ ਆਪਣੀਆਂ ਉਹਦੀਆਂ ਨਿੱਜੀ ਮੰਗਾਂ ਨਹੀਂ ਸਨ। ਦੂਜੀ ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ ਵਾਂ, 2012 ਦੀ ਜਦੋਂ ਇਲੈਕਸ਼ਨ ਹੋਈ ਹੈ, ਮੈਂ ਫਤਿਹਗੜ੍ਹ ਸਾਹਿਬ ਤੋਂ MLA ਸਨ ਸਰਦਾਰ ਕੁਲਜੀਤ ਸਿੰਘ ਨਾਗਰਾ, ਉਹ ਮੇਰੇ ਰਿਸ਼ਤੇਦਾਰ ਸਨ, ਮੈਂ ਉਹਨਾਂ ਨੂੰ ਪਲੱਸ ਤੋਂ ਉਹਨਾਂ ਨੂੰ ਇੱਥੋਂ ਮੈਂ UK ਤੋਂ ਗਿਆ ਸਾਂ ਤੇ ਮੈਂ ਉਹਨਾਂ ਨੂੰ ਵਧਾਈ ਦੇਣ ਗਿਆ, ਮਾਰਚ ਦੇ ਦਿਨਾਂ ਦੀ ਗੱਲ ਹੈ, ਜਦੋਂ 8 ਮਾਰਚ ਦੀ ਗੱਲ ਹੈ, ਮੈਂ 9 ਮਾਰਚ ਦੇ ਲਾਗੇ 2012 ਦੀ, ਉਹਨਾਂ ਨੂੰ ਵਧਾਈ ਦੇ ਕੇ ਮੈਂ ਉਹ ਲਾਗੇ ਹੀ ਉਹਨਾਂ ਦਾ ਘਰ ਸੀ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਗੁਰਦਾ ਸਾਹਿਬ ਤੋਂ ਤਹਿਸੀਲ ਕੰਪਲੈਕਸ ਦੇ ਸਾਹਮਣੇ ਤੋਂ, ਤੇ ਮੈਂ ਉੱਥੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੁਰ ਗਏ। ਉੱਥੇ ਮੈਨੂੰ ਮੇਰਾ ਪਰਿਵਾਰ ਜਿਹੜਾ ਸੀ ਬੜਾ ਪੰਥਕ ਪਰਿਵਾਰ ਹੈ, ਸੁਖਪਾਲ ਖਹਿਰੇ ਦਾ ਜਿਹੜਾ ਬਾਪ ਹੈ ਉਹ ਵੀ ਪੰਥਕ ਪਰਿਵਾਰ ਦਾ, ਇੰਨਾ ਕੁ ਪੰਥਕ ਪਰਿਵਾਰ ਹੈ ਕਿ ਸੁਰਦਾਰ ਸੁਖਜਿੰਦਰ ਸਿੰਘ ਕਿਸੇ ਜਾਣ ਪਛਾਣ ਦੇ ਪਛਾਣ ਦੇ ਮੱਥਾ ਅੱਜ ਨਹੀਂ ਗਏ, ਹਾਂਜੀ, ਤੇ ਉਹ ਇਹਨਾਂ ਨੇ ਮੇਰੇ ਜਿਹੜੇ ਉੱਥੇ ਮੈਨੂੰ ਇੱਕ ਜਥੇਦਾਰ ਕੁਲਵੰਤ ਸਿੰਘ ਖਰਾ ਜਿਹੜੇ ਸਿਆਹੇ ਸਰਪ੍ਰਸਤ ਸਨ ਬਾਦਲ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਦੇ, ਮੈਨੂੰ ਉਹ ਮਿਲ ਗਏ ਜੀ ਮੇਰੇ ਵਾਕਫ ਨਾਲ। ਮੈਨੂੰ ਉਹਨਾਂ ਨੇ ਇੱਕ ਸਵਾਲ ਕੀਤਾ, ਉਹਨਾਂ ਕਿਹਾ ਖਹਿਰਾ ਹਰਾਤਾ ਜੇ, ਮੈਂ ਨਾ ਨਵੇਂ ਨਿੰਮੋ ਝੂਣਾ ਜਿਹਾ ਹੋ ਗਿਆ, ਮੈਂ ਕਿਹਾ ਜੀ ਮੈਂ ਹੀ ਤੇ ਜੋਨਾ ਕਰ ਸਕਦੇ ਸਾਂ ਕੀਤਾ, ਆਖਣ ਲੱਗਾ ਅੱਜ ਪੰਜਾਬ ਸਾਡੀ ਪਾਰਟੀ ਜਿੱਤੀ ਹੈ, ਸਾਡੀ ਪਾਰਟੀ ਦੀ ਸਰਕਾਰ ਬਣੀ ਹੈ ਵਿਧਾਨ ਸਭਾ 'ਚ, ਸਾਨੂੰ ਖੁਸ਼ੀ ਹੈ, ਪਰ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਨਾ ਉਹ ਸੁਣੀ ਹੋ ਗਈ, ਕਿਸੇ ਨੇ ਲੋਕਾਂ ਦੀਆਂ ਮੰਗਾਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੇ ਵਿੱਚ ਨਹੀਂ ਗਿਆ ਚੁੱਕਣੀਆਂ, ਸਮਝੌਤੇ ਕਰਕੇ ਬਹਿ ਜਾਣੇ ਨੇ। ਇਹ ਦੂਜੀ ਮੈਂ ਇੱਕ ਅੱਜ ਵੀਡੀਓ ਪਾਈ ਸੀ, ਮੈਂ ਬੀਬੀ ਆ ਜਿਹੜੀ ਇੱਕ ਆਇਆ ਅੱਜ ਇੱਕ ਪ੍ਰੋਪੇਗੰਡਾ ਹੋ ਰਿਹਾ ਜੀ, ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਦਲਿਤ ਵਿਰੋਧੀ ਨੇ, ਜਿਹੜੇ ਨੇ ਉਹ ਬੀਬੀਆਂ ਦੇ ਵਿਰੋਧੀ ਨੇ, ਮੈਂ ਉਹਦੀਆਂ ਧਾਰਨਾ ਦਿੱਤੀਆਂ ਕਿ ਉਹਨੇ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਧਾਇਕ ਦਿੱਤੀ ਸੀ ਕਿ ਹਲਕੇ ਭਲਾਥ ਦੇ ਵਿੱਚ ਦੋ ਬਲਾਕ ਨੇ ਨਡਾਲਾ ਤੇ ਢਿਲਮਾ, ਨਡਾਲੇ ਬਲਾਕ ਦਾ ਪ੍ਰਧਾਨ ਜਦੋਂ ਕਾਂਗਰਸ ਦੇ ਵਿੱਚ ਟਾਈਮ ਦੇ ਵਿੱਚ ਜਿਹੜੇ ਮੇਰੇ ਬ੍ਰਦਰ ਨੇ ਉਹ ਸਨ, ਤੇ ਜਿਹੜਾ ਢਿਲਮਾ ਬਲਾਕ ਦਾ ਪ੍ਰਧਾਨ ਸੀ ਉਹ ਸੀ ਸਟੀਫਨ ਕਾਲਾ, ਉਹ ਸ਼ਡਿਊਲ ਕਾਸਟ ਸੀ ਜੀ, ਠੀਕ ਹੈ ਜੀ, ਉਹ ਸ਼ਡਿਊਲ ਕਾਸਟ ਸੀ। ਇੱਕ ਉਹਨੇ ਫਿਰ ਦੂਸਰੀ ਗੱਲ ਮੈਂ ਅੱਜ ਗੱਲ ਕਹੀ ਵੀ ਇੱਕ ਆਪਣੀ ਆਪਾਂ ਲੋਕ ਕਹਿੰਦੇ ਹਾਂ ਕੋਈ ਵੀ ਗੱਲ ਹੋ ਜਾਏ ਨਾ ਆਪਾਂ ਕਹਿੰਦੇ ਹਾਂ ਮੇਰੀ ਬੰਦੇ ਨੂੰ ਧੀ ਤੇ ਉਹਦੀ ਬੰਦੇ ਦੀ ਧੀ ਜਾਂ ਭੈਣ ਹੈ ਨੀ, ਉਹਨੂੰ ਜਿਹੜੀ ਮਤਲਬ ਜੇ ਹੁੰਦੀ ਤੇ ਉਹਨੂੰ ਇਸ ਗੱਲ ਦੇ ਉੱਤੇ ਕੋਈ ਗੱਲ ਇਹੋ ਜਿਹਾ ਕੋਈ ਗਲਤ ਕੰਮ ਕਰਨ ਲੱਗੀ ਤੇ ਆਪਾਂ ਇੱਕ ਉਦਾਹਰਨ ਦਿੰਦੇ ਹੁੰਦੇ ਹਾਂ ਕਿ ਜੇ ਉਹਦੀ ਧੀ ਭੈਣ ਹੁੰਦੀ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਧੀ ਭੈਣ ਦੀ ਇੱਜ਼ਤ ਕੀ ਹੁੰਦੀ।
ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਸਰਦਾਰ ਸਰਦਾਰ ਸੁਖਪਾਲ ਸਿੰਘ ਖਹਿਰਾ 6 ਭੈਣਾਂ ਦਾ ਇੱਕ ਸਾਰਿਆਂ ਨਾਲੋਂ ਛੋਟਾ ਭਰਾ ਹੈ ਜੀ ਜੀ, ਤੇ ਇੱਕ ਬਗੂ ਧੀ ਵੀ ਹੈ, ਧੀ ਵੀ ਹੈ ਤੇ ਭੈਣਾਂ ਵੀ ਨੇ। ਆਪਣੇ ਪਰਿਵਾਰਾਂ ਤੋਂ ਆਪ ਉਦਰੇ ਹੋ ਗਏ, ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ ਜੀ ਜੀ। ਅੱਜ ਜੇ ਉਹਨਾਂ ਚ ਕੋਈ ਬੰਦਾ ਬੱਚਾ ਗਲਤ ਬੋਲ ਗਿਆ ਤੇ ਉਹਦੀ ਮਾਫ਼ੀ ਜਿਹੜੀ ਹੈ ਉਹਨੇ ਉਹਦੀ ਸਾਰਿਆਂ ਨੇ ਨਿੰਦਾ ਕੀਤੀ ਹੈ, ਤਾਂ ਇਸ ਗੱਲ ਨੂੰ ਏਡਾ ਵੱਡਾ ਇਸ਼ੂ ਨਾ ਬਣਾਓ ਜੀ 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 ਜੀ। ਤੇ ਮੇਰੀ ਸਾਰਿਆਂ ਅਮੀਰਾਂ ਨੂੰ, ਮੇਰੀ ਭੈਣਾਂ ਨੂੰ, ਸੁਣਨ ਵਾਲਿਆਂ ਨੂੰ ਜਾਂ ਪੰਜਾਬੀ ਵਾਲਿਆਂ ਨੂੰ, ਮੈਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰੇ ਨਾਲ ਮੈਂ ਨਿੱਜੀ ਤੌਰ ਤੇ ਇੱਕ ਭਰਾਵਾਂ ਦੇ ਤੌਰ ਤੇ ਵਿਚਰ ਕੇ ਮੈਂ ਵੇਖਿਆ ਕਿ ਇਹੋ ਜਿਹਾ ਲੀਡਰ ਪੰਜਾਬ ਦੇ ਦਰਦ ਰੱਖਣ ਵਾਲਾ ਨਹੀਂ ਜੇ ਲੰਬਣਾ। ਇਸ ਕਰਕੇ ਮੇਰਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਉਹਦਾ ਵੱਧ ਤੋਂ ਵੱਧ ਸਾਥ ਦਵੋ ਤੇ ਉਹ ਪੰਜਾਬ ਦੇ ਹੱਕਾਂ ਜਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਲੈ ਕੇ ਲੋਕਾਂ ਨੂੰ ਜਿਹੜੀਆਂ ਉਹ ਲੋਟਾ ਉਠਾਉਂਦਾ ਰਹੇਗਾ। ਬਿਲਕੁਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਮਿਸਟਰ ਸ਼ਰਮਾ, ਇੱਥੇ ਇਹੀ ਸਮਝ ਆਉਂਦਾ ਹੈ, ਜਿੱਥੇ ਬਹੁਤ ਕੋਈ ਇਨਸਾਨ ਨਿਕੰਮਾ ਹੋਏ ਤਾਂ ਉਹਦੀ ਗੱਲ ਹੁੰਦੀ ਹੈ, ਜਾਂ ਕਿਸੇ ਦੇ ਅੰਦਰ ਕਾਬਲੀਅਤ ਹੋਏ ਜਾਂ ਫਿਰ ਉਹਦੀ ਗੱਲ ਹੁੰਦੀ ਹੈ, ਔਰ ਵਾਕਈ ਜੋ ਕੁਛ ਕਰ ਰਿਹਾ ਜਾਂ ਫਿਰ ਉਹਦੀ ਗੱਲ ਹੁੰਦੀ ਹੈ। ਹੁਣ ਅਸੀਂ ਐਨਾਲਿਸਿਸ ਕਰਾਂਗੇ, ਬਿਲਕੁਲ ਬਹੁਤ ਸਾਰਾ ਜਿਹੜਾ ਪਿਆਰ ਸੁਖਪਾਲ ਖਹਿਰਾ ਨੂੰ ਮਿਲ ਰਿਹਾ, ਔਰ ਮੈਨੂੰ ਲੱਗਦਾ ਕਿ ਹੁਣ ਉਮੀਦਾਂ ਉਹਨਾਂ ਤੋਂ ਜਤਾਈ ਜਾ ਰਹੀਆਂ ਹਨ, ਅਤੇ ਵਟ ਹੀ ਸ਼ੁੱਡ ਡੂ ਐਜ਼ ਐਨ ਲੀਡਰ, ਕਿ ਇੰਨਾ ਪਿਆਰ ਮਿਲ ਰਿਹਾ, ਇੰਨਾ ਸਪੋਰਟ ਮਿਲ ਰਿਹਾ, ਐਂਡ ਹਾਊ ਕੈਨ ਹੀ ਥਿੰਕ ਅਬਾਊਟ ਫੋਰ ਦੀ ਬੈਟਰਮੈਂਟਸ ਆਫ ਪੰਜਾਬ। ਵਿਲ ਟਾਕ ਔਨ ਦਿਸ ਆਫਟਰ ਦਿਸ ਸ਼ੋਰਟ ਬ੍ਰੇਕ। ਨਿੱਕੇ ਜਿਹੇ ਵਕਫੇ ਤੋਂ ਬਾਅਦ ਮੈਂ ਜਲਦ ਲੌਟ ਕੇ ਵਾਪਸ ਆ ਰਿਹਾ।